ਥੋੜੇ ਦਿਨ ਹੋਏ ਜਿਹੜਾ ਸਾਡੇ ਨਾਲ ਸਾਰਾ ਕਾਂਡ ਵਾਪਰਿਆ, ਉਹ ਵੀ ਪ੍ਰੂਫ ਤੁਹਾਡੀ ਸੇਵਾ ਵਿੱਚ ਦੇ ਕੇ ਜਾਵਾਂ। 4 ਲੱਖ ਦੀ ਵੋਟ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਜਿੱਤਦੇ ਆ, ਹਕੂਮਤ ਦੁਬਾਰਾ NSA ਲਾ ਦਿੰਦੀ ਏ, ਤੇ ਉਧਰ ਸਨਮਾਨਯੋਗ ਸਾਧ ਸੰਗਤ ਜੀ ਹਾਰੇ ਹੋਏ ਬੰਦੇ ਕੈਬਨਿਟ ਮੰਤਰੀ ਬਣ ਜਾਂਦੇ। ਇਹਨੂੰ ਗੁਲਾਮੀ ਆਖਿਆ ਜਾਂਦਾ, ਇਹਨੂੰ ਆਜ਼ਾਦੀ ਨਹੀਂ ਆਖਿਆ ਜਾਂਦਾ। ਅਸੀਂ ਅੱਜ ਵੀ ਗੁਲਾਮ ਆ। ਸਨਮਾਨਯੋਗ ਸਾਧ ਸੰਗਤ ਜੀ, ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ, ਨਾ ਬਦਲ ਦੇਣਾ ਸਰਹੰਦ ਦਾ, ਨਾ ਬਦਲ ਕੇ ਦੇ